ਜ਼ਬਰਦਸਤੀ ਪਹੁੰਚਾਇਆ ਗਿਆ ਸਾਨੂੰ ਉੱਥੇ। ਅਸੀਂ ਵੀ ਕਿਸਾਨ ਮੋਰਚੇ ਚਲਾ ਰਹੇ ਹਾਂ, ਉੱਥੇ ਧਰਨੇ ਦੇ ਰਹੇ ਹਾਂ, ਅਤੇ ਸਾਨੂੰ ਸਾਡੀ ਧਰਪਕੜ ਸ਼ੁਰੂ ਹੋ ਗਈ ਉੱਥੇ ਕਿਸਾਨਾਂ ਦੀ ਹਰਿਆਣਾ ਦੇ ਵਿੱਚ। ਸਾਨੂੰ ਅੱਜ ਵਿਤਕਰਾ ਵੇਖਣ ਨੂੰ ਮਿਲ ਰਿਹਾ ਹੈ, ਜਿਸ ਤਰ੍ਹਾਂ ਕਿਸਾਨਾਂ ਨਾਲ ਆਪਣੀ ਬ੍ਰਿਟਿਸ਼ ਸਰਕਾਰ ਕਰ ਰਹੀ ਸੀ, ਉਸੇ ਤਰ੍ਹਾਂ ਹੀ ਅੱਜ ਸਾਨੂੰ ਦੁਬਾਰਾ ਫਿਰ ਉਸ ਤਰ੍ਹਾਂ ਹੀ ਆਜ਼ਾਦੀ, ਕਿਸਾਨਾਂ ਦੀ ਆਜ਼ਾਦੀ ਵਾਸਤੇ ਲੜਨਾ ਪੈਣਾ ਹੈ। ਅਸੀਂ ਆਪਣਾ ਭੱਜ ਭਜਾ ਕੇ ਪੁਲਿਸ ਤੋਂ ਬਚਦੇ ਬਚਾਉਂਦੇ ਇੱਥੇ ਪੰਜਾਬ 'ਚ ਇੰਟਰ ਹੋਏ ਹਾਂ। ਅਸੀਂ ਹਰ ਪੱਖੋਂ ਜੋ ਪੰਜਾਬ ਤੋਂ ਕਿਸਾਨ ਆਏ ਨੇ ਉਹਨਾਂ ਦਾ ਸਾਥ ਦਿਆਂਗੇ, ਉਹਨਾਂ ਨਾਲ ਲੜਾਈ ਲੜਾਂਗੇ, ਰਲ ਕੇ ਲੜਾਂਗੇ, ਅਤੇ ਅਸੀਂ ਉਹਨਾਂ ਦੇ ਖਾਣ ਪੀਣ ਦਾ ਜੋ ਵੀ ਇੰਤਜ਼ਾਮ ਹੈ, ਦੁੱਧ ਦਾ, ਅਸੀਂ ਇਹ ਜਿਹੜੇ ਪਿੰਡ ਪੈਂਦੇ ਹਾਂ, ਅਸੀਂ ਜਿੰਨਾ ਵੀ ਸਾਡੇ ਤੋਂ ਹੋ ਸਕਿਆ ਅਸੀਂ ਵੱਧ ਤੋਂ ਵੱਧ ਕਰਾਂਗੇ। ਕਹਿ ਰਹੇ ਹੋ ਵੀ ਹਰਿਆਣੇ ਦੇ ਵਿੱਚੋਂ ਇਹਨਾਂ ਦੀ ਜਿਹੜੀ ਸਪੋਰਟ ਕਰਾਂਗੇ, ਕਿਉਂਕਿ ਹਰਿਆਣਾ ਨੇ ਤਾਂ ਬੋਰਡਰ ਬੰਦ ਕਰ ਦਿੱਤਾ ਹੈ, ਤੁਸੀਂ ਹੁਣ ਕਿਸ ਤਰ੍ਹਾਂ ਉਸ ਤੋਂ ਇੱਧਰ ਆਉਂਗੇ ਜਾਂ ਪੰਜਾਬ ਵੱਲ ਜਾਂ ਪੰਜਾਬ ਤੋਂ ਹਰਿਆਣੇ ਵੱਲ ਜਾਓਗੇ? ਅਸੀਂ ਇਹ ਵੀ ਕੋਸ਼ਿਸ਼ ਕਰਾਂਗੇ ਵੀ ਕਿਸਾਨ ਇਕੱਠੇ ਹੋ ਕੇ ਅਸੀਂ ਪਰਲੇ ਪਾਸੇ ਧਰਨਾ ਦਈਏ, ਜਿਹਦੇ ਨਾਲ ਇਹ ਬੈਰੀਕੇਡਸ ਟੁੱਟ ਸਕਣ, ਅਤੇ ਜਿਹੜੇ ਪੰਜਾਬ ਦੇ ਕਿਸਾਨ ਨੇ ਇਹ ਬੈਰੀਕੇਡ ਤੋੜ ਕੇ ਵੀ ਦਿੱਲੀ ਨੂੰ ਕੂਚ ਕਰ ਜਾਣ, ਸਾਡੀ ਕੋਸ਼ਿਸ਼ ਇਹ ਵੀ ਰਹੇਗੀ। ਕਿਸ ਤਰ੍ਹਾਂ ਦਾ ਬੈਰੀਕੇਡ ਲੱਗ ਰਿਹਾ, ਕਿਉਂਕਿ ਉਹ ਪਾਕਿਸਤਾਨ ਦਾ ਬਾਰਡਰ ਅਤੇ ਇੰਡੀਆ ਦਾ ਬਾਰਡਰ? ਬਿਲਕੁਲ ਬਿਲਕੁਲ, ਆਪਣੇ ਬਹੁਤ ਵਧੀਆ ਦੱਸਿਆ ਹੈ, ਜਿਸ ਤਰ੍ਹਾਂ ਪਾਕਿਸਤਾਨ ਅਤੇ ਇੰਡੀਆ ਦਾ ਬਾਰਡਰ ਲੱਗਿਆ ਹੋਇਆ, ਤਾਰ ਲੱਗੀ ਹੋਈ ਹੈ, ਬਿਲਕੁਲ ਉੱਥੇ ਤਾਰਾਂ ਮਾਰੀਆਂ ਜਾ ਰਹੀਆਂ ਨੇ ਡਬਲ ਡਬਲ, ਜਿਸ ਤਰ੍ਹਾਂ ਇਹ ਰੋਡ ਦੁਬਾਰੇ ਕਦੇ ਖੁੱਲ੍ਹਣਾ ਹੀ ਨਹੀਂ। ਅਤੇ ਇਹਦੇ ਨਾਲ ਆਪਣੀ ਸਰਕਾਰ, ਜੋ BJP ਸਰਕਾਰ ਹੈ, ਉਹਦੀ ਨੀਅਤ ਦਾ ਵੀ ਪਤਾ ਲੱਗਦਾ ਹੈ ਵੀ ਕਿਸ ਤਰ੍ਹਾਂ ਉਹ ਮੋਦੀ ਵਾਸਤੇ ਕੰਮ ਕਰ ਰਹੀ ਹੈ, ਹਰਿਆਣੇ ਵਾਸਤੇ ਕੰਮ ਨਹੀਂ ਕਰ ਰਹੀ, ਹਰਿਆਣੇ ਦੇ ਕਿਸਾਨਾਂ ਵਾਸਤੇ ਕੰਮ ਨਹੀਂ ਕਰ ਰਹੀ, ਹਰਿਆਣੇ ਦੇ ਕਿਸਾਨਾਂ ਨੂੰ ਦਬਾਇਆ ਜਾ ਰਿਹਾ। ਕੀ ਕਹਿਣਾ ਚਾਹੁੰਦੇ ਜਿਹੜੇ ਖੇਤੀ ਕਾਨੂੰਨ ਬਣਾਏ ਗਏ ਨੇ, ਕਿ ਹਰਿਆਣਾ ਕਿਸਾਨ ਵੀ ਜਿਹੜੇ ਹੈਗੇ ਪ੍ਰੋਟੈਸਟ ਕਰ ਰਹੇ ਨੇ ਉਸ 'ਤੇ? ਬਿਲਕੁਲ ਕਰ ਰਹੇ ਨੇ, ਲੇਕਿਨ ਉਹਨਾਂ ਦੀ ਆਵਾਜ਼ ਨੂੰ ਦਬਾਇਆ ਜਾ ਰਿਹਾ ਕਿਸੇ ਤਰ੍ਹਾਂ ਵੀ। ਸਰਕਾਰ ਹੋਣ ਦੇ ਕਾਰਨ ਸਰਕਾਰ ਮੋਦੀ ਦੀ ਸਪੋਰਟ ਕਰ ਰਹੀ ਹੈ, ਜਿਹੜੇ ਕਿਸਾਨ ਆਵਾਜ਼ ਚੁੱਕ ਰਹੇ ਨੇ ਉਹਨਾਂ ਨੂੰ ਰਾਤ ਦੇਰ ਰਾਤ ਚੁੱਕਿਆ ਜਾ ਰਿਹਾ, ਅਤੇ ਥਾਣਿਆਂ 'ਚ ਦੂਰ ਦੁਰਾਜੇ ਜਾ ਕੇ ਅੰਦਰ ਲੋਕ ਕੀਤਾ ਜਾ ਰਿਹਾ, ਤਾਂ ਕਿ ਉਹ ਕਿਸਾਨਾਂ ਨੂੰ ਸਮਝਾ ਨਾ ਸਕਣ, ਕਿਸਾਨਾਂ ਦਾ ਅੰਦੋਲਨ ਜਿਹੜਾ ਉਹ ਕਾਮਯਾਬ ਨਾ ਹੋਏ। ਪਲੈਨ ਤਾਂ ਇਹ ਹੈ ਵੀ ਜਿੱਡੀ ਵੱਡੀ ਪੱਧਰ 'ਤੇ ਕੇਂਦਰ ਸਰਕਾਰ ਨੇ ਸਾਨੂੰ ਸਤਾਇਆ ਹੋਇਆ, ਉਹਦੇ ਖਿਲਾਫ਼ ਪੰਜਾਬ ਦੇ ਲੋਕ ਤਿਆਰੀ 'ਚ ਲੱਗੇ ਹੋਏ ਸੀ, ਅਤੇ ਵੱਡੀ ਗਿਣਤੀ ਨੇ ਆਉਣਾ, ਅਸੀਂ ਉਹ ਪੂਰੇ ਪ੍ਰਬੰਧਾਂ ਨੂੰ ਲੈ ਕੇ ਜਿਹੜਾ ਅੱਜ ਪਹਿਲਾਂ ਆ ਕੇ ਇੱਥੇ ਅਰੇਂਜਮੈਂਟ ਕੀਤਾ ਹੈਗਾ, ਖਾਣੇ ਦਾ, ਲੰਗਰ ਦਾ, ਚਾਹ ਪਾਣੀ ਦਾ, ਚੁੱਲ੍ਹੇ ਵਗੈਰਾ ਰਹਿਣ ਦਾ, ਜਿਵੇਂ ਪੁਰਾਣੇ ਰਿਵਾਜ਼ ਦੇ ਛੋਟੇ ਛੋਟੇ ਘਰ ਹੁੰਦੇ ਉਹਨਾਂ ਦੀ ਉਸ ਦੀ ਤਰ੍ਹਾਂ ਅਸੀਂ ਟਰਾਲੀਆਂ 'ਤੇ ਛੱਤਾਂ ਪਾ ਕੇ ਇੱਥੇ ਘਰ ਬਣਾਏ ਹੈ, ਅਤੇ ਕੱਲ੍ਹ ਨੂੰ ਸਾਰੇ ਪੰਜਾਬ ਦੇ ਵਿੱਚੋਂ ਹੋਰ ਸਟੇਟਾਂ ਦੇ ਕਿਸਾਨ ਦਿੱਲੀ ਵੱਲ ਨੂੰ ਕੂਚ ਕਰਨਗੇ, ਉਸੇ ਤਹਿਤ ਅਸੀਂ ਪੰਜਾਬ ਵਾਲੇ ਵੀ ਇਸ ਬਾਰਡਰ ਦੇ ਰਾਹੀਂ ਅੱਗੇ ਦਿੱਲੀ ਵੱਲ ਨੂੰ ਜਾਣ ਕੂਚ ਕਰਨ ਦੀ ਵਿਉਂਤ 'ਚ ਹਾਂ, ਕਿਉਂਕਿ ਅਸੀਂ ਇਹ ਜਿਹੜਾ ਪਲੈਨ ਬਣਾਇਆ ਉਹ 26 ਤਰੀਕ ਨੂੰ ਹੀ ਸਾਰੇ ਦੇਸ਼ ਦੀਆਂ ਜਿਹੜੀਆਂ ਕਿਸਾਨ ਜਥੇਬੰਦੀਆਂ ਨੇ ਉਹ ਦਿੱਲੀ ਵੱਲ ਨੂੰ ਜਾਣਗੀਆਂ। ਅਸੀਂ ਉਸ ਤਰਜ਼ 'ਤੇ ਅਸੀਂ ਵੀ ਪੰਜਾਬ ਦੇ ਇਸ ਬਾਰਡਰ ਤੋਂ, ਭਾਰਤੀ ਕਿਸਾਨ ਯੂਨੀਅਨ ਉਗਰਾਹਾਂ ਖਨੌਰੀ ਦੇ ਬਾਰਡਰ ਤੋਂ ਅਤੇ ਦੂਜੇ ਪਾਸੇ ਡੱਬਵਾਲੀ ਦੇ ਬਾਰਡਰ ਤੋਂ ਦੋ ਥਾਵਾਂ ਤੋਂ ਵੱਡੀ ਗਿਣਤੀ, ਯਾਨੀ ਕਿ 1.25 ਲੱਖ ਦੇ ਕਰੀਬ, ਇਸ ਜਿੱਥੇ ਆਪਾਂ ਹੁਣ ਖੜ੍ਹੇ ਹਾਂ ਖਨੌਰੀ ਦੇ ਬਾਰਡਰ, ਇੱਥੋਂ ਗਿਣਤੀ ਨੇ ਪਰਿਵਾਰਾਂ ਸਮੇਤ ਤੁਰਨਾ ਹੈ, ਅਤੇ ਉੱਧਰ ਜਿਹੜਾ ਹੈਗਾ ਡੱਬਵਾਲੀ ਦੇ ਬਾਰਡਰ ਤੋਂ 1 ਲੱਖ ਦੇ ਕਰੀਬ ਉੱਥੋਂ ਆਪਣੀ ਗਿਣਤੀ ਨੇ ਤੁਰਨਾ। ਜਿਵੇਂ ਇੱਥੇ ਇਹਨਾਂ ਨੇ ਮੂਹਰੇ ਬੈਰੀਕੇਡ ਲਾਏ ਹੋਏ ਆ, ਸੂਆ ਵੀ ਆ ਨਾਲ, ਪੂਰਾ ਪ੍ਰਬੰਧ ਕੀਤਾ ਹਰਿਆਣਾ ਪੁਲਿਸ ਨੇ, ਤੁਸੀਂ ਅੱਗੇ ਨਾ ਜਾ ਸਕੋ, ਤਾਂ ਉਹਦੇ 'ਚ ਤੁਹਾਡੀ ਕੀ ਸਟ੍ਰੈਟਜੀ? ਦੇਖੋ, ਪਹਿਲੀ ਗੱਲ ਤਾਂ ਅਸੀਂ ਇਹ ਹੈ ਵੀ ਹਰਿਆਣੇ ਦੀ ਜਿਹੜੀ ਖੱਟਰ ਸਰਕਾਰ ਹੈ ਉਹਦੀ ਇਸ ਗੱਲ ਕਰਕੇ ਨਿਖੇਧੀ ਕਰਦੇ ਹਾਂ ਕਿ ਉਹ ਨਰਿੰਦਰ ਮੋਦੀ ਦਾ ਪੱਖ ਪੂਰ ਰਹੀ ਹੈ, ਉੱਥੋਂ ਦੇ ਜਿਹੜੀਆਂ ਕਿਸਾਨ ਆਗੂ ਨੇ ਉਹਨਾਂ ਦੀਆਂ ਜਥੇਬੰਦੀਆਂ ਦੇ ਆਗੂਆਂ ਨੂੰ ਗ੍ਰਿਫਤਾਰੀਆਂ ਕਰਨ ਲੱਗੀ ਹੋਈ ਹੈ, ਇਸ ਗੱਲ ਦੀ ਨਿਖੇਧੀ ਕਰਦੇ ਹਾਂ। ਦੂਜੀ ਗੱਲ ਇਹ ਹੈ ਵੀ ਸਾਡੀ ਜਿਹੜੀ ਰਾਜਧਾਨੀ ਹੈ ਦਿੱਲੀ ਦੀ, ਉੱਥੇ ਸਾਨੂੰ ਜਾਣ ਲਈ ਕੇਂਦਰ ਦੀ ਰਾਜਧਾਨੀ ਦੇ ਕੋਲ ਕੋਈ ਜਾ ਕੇ ਗੱਲ ਕਹਿਣ ਲਈ, ਆਪਦਾ ਰੋਸ ਦਰਜ ਕਰਾਉਣ ਲਈ ਜਾਣ ਤੋਂ ਵੀ ਰੋਕਿਆ ਜਾ ਰਿਹਾ ਹੈ, ਇਸ ਗੱਲ ਦੀ ਵੀ ਅਸੀਂ ਹਰਿਆਣੇ ਦੀ ਖੱਟਰ ਸਰਕਾਰ ਦੀ ਨਿਖੇਧੀ ਕਰਦੇ ਹਾਂ, ਕਿਉਂਕਿ ਅਸੀਂ ਫੈਸਲਾ ਕੀਤਾ ਅੱਗੇ ਜਾਣ ਦਾ, ਪਰ ਹਰਿਆਣੇ ਦੀ ਸਰਕਾਰ ਨੇ ਜਿਵੇਂ ਰਿਪੋਰਟਾਂ ਮਿਲ ਰਹੀਆਂ ਨੇ ਬਾਰਡਰਾਂ ਨੂੰ ਸੀਲ ਕਰਨ ਦੀ ਗੱਲ ਕਹੀ ਹੈ, ਜੇ ਉਹ ਬਾਰਡਰਾਂ ਨੂੰ ਸੀਲ ਕਰਨਗੇ ਤਾਂ ਸਾਡੀ ਮਜਬੂਰੀ ਹੋਊਗੀ ਇਹ ਸੜਕਾਂ 'ਤੇ ਬਹਿ ਕੇ ਆਪਦਾ ਜਿਹੜਾ ਰੋਸ ਹੈ ਜਿਤਾਉਣਾ ਪੈਣਾ, ਅਤੇ ਆਮ ਪਬਲਿਕ ਨੂੰ ਜੇ ਦਿੱਕਤਾਂ ਦਾ ਸਾਹਮਣਾ ਕਰਨਾ ਪਊਗਾ, ਇਹਦੇ ਜ਼ਿੰਮੇਵਾਰ ਆਪਾਂ ਕਿਸਾਨ ਨਹੀਂ ਹੋਵਾਂਗੇ, ਇਹਦੀ ਜ਼ਿੰਮੇਵਾਰ ਹਰਿਆਣੇ ਦੀ ਸਰਕਾਰ ਹੋਏਗੀ। ਮੈਂ ਤੁਸੀਂ ਅੱਗੇ ਫੋਰਸਫੁਲੀ ਨਹੀਂ ਅੱਗੇ ਜਾਂਦੇ? ਅਸੀਂ ਜਿਹੜਾ ਪਲੈਨ ਬਣਾਇਆ ਜਥੇਬੰਦੀਆਂ ਨੇ, ਅਸੀਂ ਸ਼ਾਂਤਮਈ ਅੰਦੋਲਨ ਕਰਾਂਗੇ, ਕਿਉਂਕਿ ਜਿੱਥੇ ਸਾਨੂੰ ਰੋਕੂਗੀ ਪੁਲਿਸ ਅਸੀਂ ਉੱਥੇ ਰੋਕਾਂਗੇ, ਕਿਉਂਕਿ ਵੱਡੇ ਇਕੱਠ ਹੋਣਗੇ ਪਰਿਵਾਰਾਂ ਸਮੇਤ, ਬੱਚੇ ਹੋਣਗੇ, ਮਾਮਾ ਭੈਣਾਂ ਹੋਣਗੀਆਂ, ਅਤੇ ਕੇਂਦਰ ਸਰਕਾਰ ਨੂੰ ਝੁਕਣ ਲਈ ਮਜਬੂਰ ਕਰ ਦਿਆਂਗੇ ਇਹਨਾਂ ਥਾਵਾਂ 'ਤੇ ਬਹਿ ਕੇ ਵੀ ਜੇ ਰੋਕਣਗੇ। ਪ੍ਰਧਾਨ ਜੀ, ਇਹਦੇ ਨਾਲ ਕੀ ਫਰਕ ਪੈਣਾ? ਤੁਸੀਂ ਹੁਣ ਉੱਥੇ ਹੀ ਬੈਠੋ, ਜੇ ਉਰੇ ਰੋਕ ਲੈਣ ਉਰੇ ਬਹਿ ਜਾਓਗੇ, ਫਿਰ ਇਹਦੇ ਨਾਲ ਇੰਪੈਕਟ ਕੀ ਹੋਣਾ? ਫਰਕ ਤਾਂ ਇਹਦੇ ਨਾਲ ਇਹ ਹੈ, ਜੇ ਉੱਥੇ ਆਪਾਂ ਬੈਠੇ ਹਾਂ ਬਾਦਲਾਂ ਦੇ ਵਾਰ 'ਚ ਬੈਠੇ ਹਾਂ ਤਾਂ ਬਾਦਲਾਂ ਨੂੰ ਸੈਂਟਰ 'ਚੋਂ ਬਾਹਰ ਆਉਣਾ ਪੈ ਗਿਆ, ਜੇ ਭਾਜਪਾ ਦੇ 12 ਮੂਹਰੇ ਬੈਠੇ ਹਾਂ ਤਾਂ ਉਹਨਾਂ ਦੇ ਆਗੂਆਂ ਨੂੰ ਅਸਤੀਫੇ ਦੇਣੇ ਪੈ ਗਏ, ਜੇ ਪਟਿਆਲੇ ਦੇ ਵਿੱਚ ਬੈਠੇ ਹਾਂ ਆਪਾਂ ਉਹਨਾਂ ਨੂੰ ਕਿਸਾਨਾਂ 'ਤੇ ਪਰਚੇ ਦਰਜ ਕਰੇ, ਅਤੇ ਜਿਵੇਂ ਉਹ ਕਰੋਨਾ ਦੇ ਦਿਨਾਂ 'ਚ ਬਾਹਰ ਨਹੀਂ ਸੀ ਨਿਕਲਣ ਦਿੰਦੇ,
ਉਹਨਾਂ ਨੂੰ ਆਪਦੇ ਫੈਸਲੇ ਬਦਲਣੇ ਪੈ ਗਏ ਪੰਜਾਬ ਸਰਕਾਰ ਨੂੰ, ਐਵੇਂ ਇਹਦਾ ਫਰਕ ਤਾਂ ਇਹ ਪਵੇਗਾ ਕਿਉਂਕਿ ਪੂਰੇ ਭਾਰਤ ਦੀਆਂ ਕਿਸਾਨਾਂ ਦੀਆਂ ਜਿਹੜੀਆਂ ਜਥੇਬੰਦੀਆਂ ਨੇ ਉਹ ਵੱਖ ਵੱਖ ਥਾਵਾਂ ਦੇ ਰਾਹੀਂ ਵੱਖ ਵੱਖ ਰਸਤਿਆਂ ਦੇ ਰਾਹੀਂ ਦਿੱਲੀ ਵੱਲ ਨੂੰ ਕੂਚ ਕਰਨਗੀਆਂ, ਅਤੇ ਐਡੀ ਵੱਡੀ ਪੱਧਰ 'ਤੇ ਜਦੋਂ ਕਿਸਾਨ ਸੜਕਾਂ 'ਤੇ ਬੈਠਣਗੇ ਇਹ ਮੋਰਚੇ ਇੱਕ ਦੋ ਦਿਨ ਦੇ ਨਹੀਂ ਲੱਗਣੇ, ਫਿਰ ਜੇ ਸਰਕਾਰ ਸਾਨੂੰ ਰਸਤੇ ਰੋਕੂਗੀ ਫਿਰ ਇਹ ਮੋਰਚੇ ਮਹੀਨਿਆਂ ਬੱਧੀ ਲੱਗਣਗੇ। ਅਸੀਂ ਰਾਸ਼ਨ ਪਾਣੀ ਲੈ ਕੇ ਆਇਆ, ਫਿਰ ਦੇਖਾਂਗੇ ਕਿ ਮੋਦੀ ਸਰਕਾਰ ਕਿੰਨਾ ਕੁ ਦੇਰ ਪੰਜਾਬ ਦੇ ਕਿਸਾਨਾਂ ਨੂੰ ਅਤੇ ਦੇਸ਼ ਦੇ ਕਿਸਾਨਾਂ ਨੂੰ ਰੋਕ ਕੇ ਸੜਕਾਂ 'ਤੇ ਬਿਠਾ ਲੈਂਦੀ ਹੈ। ਫਿਰ ਸਰਕਾਰ ਨੂੰ ਝੁਕਣਾ ਪੈਣਾ, ਸਾਡਾ ਇਸ ਗੱਲ 'ਤੇ ਪੂਰਾ ਭਰੋਸਾ ਹੈ ਕਿ ਲੋਕ ਪਿੱਛੇ ਨਹੀਂ ਹਟਣਗੇ, ਵੱਡੀ ਗਿਣਤੀ ਇਕੱਠੀ ਹੋਊਗੀ।